ਕਹਿੰਦਾ ਬਿਲਕੁਲ ਉੱਪਰ ਤੋਂ ਸਟਾਰਟ ਹੁੰਦਾ ਐਨ ਪਿਆ ਜਮਾ ਫਿਕਸ ਪੂਰਾ, ਤੇ ਉਹ ਕੱਟੀ ਆ ਤਾਂ ਸੀ ਇੱਕ ਵਾਰੀ ਕੱਟੀ ਦੇ ਕੈਮਰਾ ਹੋਰ ਕੱਟੀ ਦੇ ਵੀ ਮਾਰ ਕੱਦ ਦੇਵੇ, ਕੁੱਦ ਕੱਟੀ ਬਹੁਤ ਦਾ ਆ ਗਾ, ਸੱਜਣ ਪੂਰੀ ਵਾਲੇ ਹਾਈਟ ਸ਼ਕੀਨ ਆ ਗਈ ਹੁੰਦੇ ਆ ਕੱਦ ਵੱਡੇ, ਦੇ ਦੁੱਧ ਵਾਲੀ ਮੈਂ ਦੇ ਵੀ ਮਾਗਰ ਕੱਟੀ ਵੀ ਚਾਹੀਦੀ ਆ ਸਾਨੂੰ, ਲੰਬਾਈ ਲੰਬੂਈ ਚੰਗੀ ਆ, ਦੁੱਧ ਥੋੜਾ ਜਿਹਾ ਘੱਟ ਛੱਡਿਆ ਹੋਇਆ ਇਹਨੂੰ ਹਨਾ, ਚੌਕ ਦੇ ਦੰਦ ਤੋੜੇ ਹੋਏ ਨੇ ਜੇ ਗੱਲਬਾਤ ਕਰ ਲਈਏ ਵੀ ਹਜੇ ਚੱਕਦੀ ਆ ਥੋੜੇ ਥੋੜੇ, ਇਹਨੂੰ ਵੀ ਤੀਜਾ ਦਿਨ ਅੱਜ ਤੇ ਆਰਡਰ, ਇਹ ਵੀ ਯਾਰ ਉਹੀ ਗੱਲ ਆ ਇਹਦਾ ਵੀ ਭਲਵਾਨਾਂ ਵਾਲਾ ਸਿਸਟਮ ਆ, ਫਸ ਫਸ ਕੇ ਤੁਰਦੀ ਆ ਝੋਟੀ, ਇਹ ਪਹਿਲੇ ਦਿਨ ਹੀ ਖਾਲੀ ਕਰਤੀ ਸੀ ਆਪਾਂ, ਹੁਣ ਟਾਈਮੋ ਟਾਈਮ ਇੰਨੀ ਤੇ ਹੋਰ ਵੀ ਦੂਰ ਦੁਰਾਡੇ ਇਲਾਕੇ ਦੇ ਸਿੰਗੇ ਦੇ ਦੋਹੇ ਹਲਦੇ ਨੇ, ਮੈਂ ਪਿਛਲੀ ਵੀਡੀਓ 'ਚ ਵੀ ਦਿਖਾਏ ਤੇ, ਆ ਦੂਸਰਾ ਵੀ ਦਿਖਾ ਦੇ, ਬਾਕੀ ਮਾਂ ਦਾ ਕਾਰਡ ਤੈਨੂੰ ਪਤਾ ਹੀ ਆਗਾ ਹਨਾ, ਮਾਂ ਅੰਗੂਰੀ ਦਾ ਕਿੰਨਾ ਕਾਰਡ ਇਹਦਾ ਪੁੱਤ ਬਹੁਤ ਹੈਗਾ, ਚੰਗਾ ਉਸਤਾਦ ਹਰਿਆਣੇ 'ਚੋਂ ਠੀਕ ਆਇਆ ਹੈ ਨਾ, ਭਾਈ ਕੋਲੇ, ਹਰਿਆਣੇ ਵਾਲੇ ਆਪਣੀ ਵੀਡੀਓ ਵੀ ਦੇਖ ਲਓ, ਪੁਰਾਣੀ ਵੀਡੀਓ ਉਹਦੇ 'ਚ ਵੀ ਹੈਗਾ ਸਾਹ ਨੇ ਆਪਣੇ ਹਰਿਆਣੇ 'ਚੋਂ ਪਾਈ ਤੀ, ਦੰਦਾਂ 'ਚ ਹੈਗਾ ਹਲੇ ਦੋ ਦੰਦ ਦੁੱਗ ਦੇ ਮੇਰਾ ਖਿਆਲ ਆ ਤੋੜ ਗਿਆ ਨਾ, ਦੁੱਗ ਦੇ ਪੂਰੇ ਹੁਣ ਚੱਕ ਗਏ ਦਾਦ ਨਾ, ਉਹ ਹਾਂ ਦੰਗ ਤੋੜੇ ਹੋਏ ਸੀ ਹੁਣ ਦਾਦ ਹੁਣ ਪੂਰੇ ਕਰੇ ਨੇ ਦੁੱਗ ਦੇ ਨੇ, ਫਿਲਹਾਲ ਇਹ ਦੋ ਦੰਦਾਂ ਤੇ ਹੈਗਾ ਵੀ ਮੀਣਾ ਤੇ ਹੈਗਾ ਵੀ ਚੰਗੇ ਰਿਕਾਰਡ ਵਾਲਾ, ਸਿੰਘ ਦੋਏ ਹਿਲਦੇ ਨੇ, ਡਾਇਰੈਕਟ ਕ੍ਰਾਸਿੰਗ ਵਾਸਤੇ ਵੀ ਨੰਬਰ ਬਾਈ ਹੋਰਾਂ ਦਾ ਵੀਡੀਓ 'ਚ ਹੀ ਲਾਊਂਗਾ ਮੈਂ, ਇਸ ਇਲਾਕੇ ਵਾਲੇ ਸੱਜਣ ਡਾਇਰੈਕਟ ਕ੍ਰਾਸਿੰਗ ਵਾਸਤੇ ਵੀ ਬਾਈ ਨਾਲ ਸੰਪਰਕ ਕਰ ਸਕਦੇ ਨੇ। ਸਤਿ ਸ਼੍ਰੀ ਅਕਾਲ ਜੀ, ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ। ਲੈ ਸੱਜਣੋ, ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਫਤਿਹਗੜ੍ਹ ਛੰਨਾ, ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ। ਜਾਨਵਰ ਦਿਖਾਵਾਂਗੇ ਤਿੰਨ, ਪਰ ਦਿਖਾਵਾਂਗੇ ਨਾ ਟੌਪ ਕੁਆਲਿਟੀ ਦੇ, ਜੀ ਐ ਕਰੂਗਾ ਵੀ ਸੱਜਣਾ ਦਾ ਨਾ ਤਿੰਨਾਂ ਨੂੰ ਯਾਰਾ ਦੇਖੀਏ ਜਾਈਏ ਵਾਰ ਵਾਰ। ਇੱਕ ਤੀਜਾ ਸੂਆ, ਇੱਕ ਦੂਜਾ ਸੂਆ, ਇੱਕ ਪਹਿਲਾ, ਪਹਿਲਾ ਦੂਜਾ ਤੀਜਾ ਐ ਨੰਬਰਵਾਰ ਖੜੇ ਨੇ ਨਗ ਸਾਰੇ। ਡਿਟੇਲ ਬਾਈ ਤੋਂ ਲਵਾਂਗੇ ਸੀਰੇ ਤੋਂ, ਕੰਮ ਤੁਹਾਨੂੰ ਪਤਾ ਸੱਜਣ ਦਾ ਵਪਾਰ ਦਾ ਹੀ ਆ। ਇੱਕ ਝੋਟੀ ਥੱਲੇ ਦਾ 18 ਕਿਲੋ ਇਸ ਟਾਈਮ ਰੈਡੀ ਦਾ ਦੁੱਧ ਆ ਸੱਜਣੋ ਤਿਆਰ, ਡੰਗ ਦੋ ਡੰਗ ਚਾਰ ਡੰਗ ਝੋਕੇ ਬਾਈ ਕੋਲੋਂ ਲਿਜਾ ਸਕਦੇ ਹੋ, ਤੇ ਅੱਜ ਬਾਈ ਨਾਲ ਕਰਾਉਂਦੇ ਹਾਂ ਗੱਲਬਾਤ। ਆ ਜਾ ਸੀਰੇ ਫਿਰ, ਹੋਰ ਕਿਵੇਂ ਆ? ਠੀਕ ਹੈ ਬਾਈ, ਤਾਕੜਾ ਸਰੀਰ? ਹਾਂ ਵਧੀਆ ਬਾਈ, ਜਾਨਵਰ ਸੀਰਾ ਚੰਗੇ ਰੱਖਣ ਦਾ ਸ਼ੌਕੀਨ ਆ, ਇਹੀ ਜੀ ਗੱਲ ਨਹੀਂ। ਆਈਸੇ ਤੂੰ ਕਰ ਲਈ ਵੱਡੀ ਮੈਂ ਤੋਂ ਸਟਾਰਟ? ਹਾਂ ਹਾਂ ਬਾਈ, ਇਹ ਤਾਂ ਕਰ ਲੈ, ਖੋਲ ਕੇ ਤੋਰੀ ਬਾਈ, ਖੋਲ ਕੇ ਤੋਰ ਦੇ ਇੱਕ ਵਾਰੀ। ਸੂਆ ਕਿਹੜਾ ਸੀਰੇ ਦਾ? ਤੀਜਾ ਸੂਆ ਬਾਈ ਇਹਦਾ, ਸੂਆ ਤੀਜਾ। ਸੂਈ ਕਿੰਨੇ ਦਿਨ ਦੀ ਹੋਗੀ? ਸੂਈ ਇਹਨੂੰ ਹੋ ਗਏ ਹੋਣਗੇ 18 ਤੋਂ 20 ਦਿਨ ਆਰਾਮ। ਆਹ ਕੱਟੀ ਆ ਦਰਸੇ ਦੇ ਮਾਗਰ ਓਏ, ਨਾਲ ਵੀ ਕੱਟੀ ਆ ਇਹਦੇ, ਨਾਲ ਵੀ ਕੱਟੀ ਆ ਤੇ ਹੁਣ ਮਾਰਦੇ ਮੈਂ ਤੇ ਕੈਮਰਾ, ਲੇਵਾ ਲੂਵਾ ਦਿਖਾ ਦੇ ਅਗਲੇ ਬੰਨਿਓ ਤੇ ਪਿਛਲੇ ਬੰਨਿਓ, ਲੇਵਾ ਲੂਵਾ ਤਾਂ ਉਹੀ ਗੱਲ ਆ, ਚਵਾਈ ਇਹਦੀ ਸੱਜਣੋ ਅੱਧਾ ਕੁ ਘੰਟਾ ਜ਼ਰੂਰ ਲੇਟ ਆ, ਅੱਧਾ ਕੁ ਘੰਟਾ ਲੇਟ ਆ ਚਵਾਈ, ਪਰ ਆਰਡਰ ਆ ਜਿਹੜਾ ਆਰਡਰ ਪੂਰਾ ਫਾਸਮਾ ਫਿਕਸ ਆਰਡਰ ਆ, ਤੇ ਥਣ ਥਣੋਟ ਵੀ ਟੌਪ ਕੁਆਲਿਟੀ ਦਾ ਲੱਗਿਆ, ਤੇ ਲੇਵਾ ਤਾਂ ਉਹੀ ਗੱਲ ਆ, ਸਰਸਵਤੀ ਵਾਲਾ ਕੰਮ ਆ, ਮੈਂ ਤੁਰਦੀ ਮਸਾ ਲੇਵਾ ਲੈ ਕੇ ਉੱਤੋਂ ਬਾਡੀ ਬੂਡੀ ਦੀ ਵੀ ਲਾਜਵਾਬ ਆ। ਸੂਆ ਤੀਜਾ ਹਨਾ? ਤੀਜਾ ਸੂਆ, ਹਾਂ ਬਾਈ, ਆਪਾਂ ਹਰਿਆਣੇ ਦੀ ਹੈਗੀ ਮੱਝ, ਹਰਿਆਣੇ ਚੋਂ ਲਿਆਏ ਸੀਗੇ ਮੱਝਾਂ, ਤੇ ਥੋੜਾ ਜਿਹਾ ਗਰਮੀ ਦਾ ਕਰਕੇ ਹਜੇ ਬਾਹਲੀ ਖੁਰਾਕ ਨਹੀਂ ਵਧਾਈ ਹੈਗੀ, ਦੁੱਧ ਤਾਂ ਇਹਨੇ 20 ਤੋਂ ਪਲੱਸ ਕਰ ਜਾਣਾ ਆਰਾਮ ਨਾਲ। ਉਹ ਹਵਾਨਾ ਇਹਦਾ ਦੱਸਦਾ ਵੀ ਦੁੱਧ 20 ਦੇ ਏੜ ਗੇੜ ਕਰਨ ਵਾਲੀ ਝੋਟੀ ਆ, ਉੱਤੋਂ ਬਾਡੀ ਬੂਡੀ ਬਹੁਤ ਆ, ਤੇ ਮੇਨ ਗੱਲ ਆ ਜਿਹੜੀ ਨਾਲ ਵੀ ਇਹਦੇ ਸੱਜਣੋ ਕੱਟੀ ਆ, ਉਹ ਤਿਆਰ ਕਰਨ ਵਾਲੀ ਆਈਟਮ ਆ, ਮਗਰ ਵੀ ਇਹਦੇ ਫਿਕਸ ਆਰਡਰ ਆ, ਸ਼ੂ ਤੋਂ ਲਾ ਕੇ ਨੀਚੇ ਤੱਕ ਦਾ, ਬਿਲਕੁਲ ਉੱਪਰ ਤੋਂ ਸਟਾਰਟ ਹੁੰਦਾ ਐਨ ਪਿਆ ਜਮਾ ਫਿਕਸ ਪੂਰਾ, ਤੇ ਉਹ ਕੱਟੀ ਆ ਤਾਂ ਇੱਕ ਵਾਰੀ ਕੱਟੀ ਦੇ ਕੈਮਰਾ ਹੋਰ ਮਾਰ ਦੇਵੇ, ਕੱਦ ਕੁੱਦ ਬਹੁਤ ਕੱਟੀ ਦੇ ਆ ਸੱਜਣ ਵਾਲੇ ਸ਼ਕੀਨ ਹੁੰਦੇ ਆ ਵੱਡੇ, ਦੁੱਧ ਵਾਲੀ ਮੈਂ ਦੇ ਵੀ ਮਾਗਰ ਕੱਟੀ ਵੀ ਚਾਹੀਦੀ ਆ ਸਾਨੂੰ, ਲੰਬਾਈ ਲੰਬੂਈ ਚੰਗੀ ਆ, ਉਹ ਦੁੱਧ ਥੋੜਾ ਜਿਹਾ ਘੱਟ ਛੱਡਿਆ ਹੋਇਆ ਇਹਨੂੰ ਹਨਾ, ਦੁੱਧ ਥੋੜਾ ਜਿਹਾ ਘੱਟ ਪਿਆ ਹੋਇਆ, ਮੈਂ ਮੂੰਹ ਚੰਗੀ ਆ ਬਾਡੀ ਬੂਡੀ। ਪੈਸੇ ਸੀਰੇ ਦੇ ਕਿੰਨੇ ਕੁ ਲਵਾਂਗੇ ਆਪਾਂ? ਇਹਦਾ ਬਾਈ ਫੋਨ ਤੇ ਕਰ ਲਾਂਗੇ ਰੇਟ ਹਨਾ, ਬਾਲਾ ਤਾਂ ਨਹੀਂ ਮੰਗਦੇ? ਨਹੀਂ, ਬਾਲਾ ਉਹਨੇ ਮੰਗਾਂਗੇ ਜਿੰਨੇ ਬਾਕੀ ਰੁਪਏ, ਤੱਲੀ ਕਰਾ ਕੇ ਦੇਵਾਂ ਅਗਲੇ ਨੂੰ ਜੀ, ਨਾ ਹੋ ਗਿਆ ਦੋ ਟਾਈਮ ਚੋਲੇ, ਤਿੰਨ ਟਾਈਮ ਚੋਲੇ, ਇਹ ਤੀ ਮਾਰ ਦੇ ਦੱਸ, ਠੀਕ ਹੈ ਨਾ, ਜੇ ਤਿੰਨ ਟਾਈਮ ਚ ਬਾਈ ਕਰਕੇ ਲਾਵੇ, ਜਿੰਨਾ ਆਪਾਂ 18 ਕਿਲੋ ਦੁੱਧ ਕਿਹਾ ਅੱਜ, ਹੁਣ ਵੀ 18 ਕਿਲੋ ਆ ਗਏ, ਠੀਕ ਹੈ ਨਾ, 1-2 ਦਿਨਾਂ ਚ ਹੁਣ ਮੰਨ ਕੇ ਚੱਲ ਇਹਦੀ ਹੋਰ ਸੇਵਾ ਕਰ ਗਈ, ਠੀਕ ਹੈ ਨਾ, ਦੁੱਧ ਵਧੂ, ਮਤਲਬ 18 ਤੋਂ ਅੰਦਰ ਨਹੀਂ ਹੁੰਦਾ, ਬਾਹਰੇ ਹੋ ਜੂਗਾ ਪਾਈ, ਅੱਧਾ ਕਿਲੋ ਜੇ ਗੱਲਬਾਤ ਕਰ ਲਈਏ। ਕਿਉਂ ਇਹ ਨਾਰਮਲ ਆ ਗਈ ਹੁਣ, ਇਹ ਗੱਲ ਸੁਣ ਲੈ ਬਾਈ, ਚੱਲ ਅੱਗੇ ਨਾਲੇ ਵੀ ਅੱਗੇ ਪਿੱਛੇ ਆਰਡਰ ਦੀ ਆ, ਚਮੜਾ ਬਿਲਕੁਲ ਬਰੀਕ ਆ, ਆ ਨਸਾਂ ਨੁਸਾਂ ਦਿਖਾ ਦੇ ਦਰਸੋ, ਇਹ ਨਸਾਂ ਨੁਸਾਂ ਬਹੁਤ ਨੇ ਬਾਡੀ ਦੇ, ਕਿਉਂਕਿ ਦੁੱਧ ਵਾਲੀ ਆਈਟਮ ਆ ਇਹ, ਹੁਣ ਮਾਰਦੇ 2 ਨੰਬਰ ਵਾਲੀ ਤੇ ਕੈਮਰਾ, ਇਹਦੀ ਚਬਾਈ ਕਰਤੀ ਹੈ ਨਾ। ਹਾਂ ਇਹ ਬਾਈ ਪਰਸੋਂ ਹੀ ਸੂਈ ਹੈ, ਬੋਲੇ ਚੋਕੇਰਾ, ਹੁਣ ਅੱਜ ਇਹ ਖਾਲੀ ਕਰਤੀ ਹੈ। ਇਹਦਾ ਸੂਆ ਕਿਹੜਾ ਬਾਈ?
ਇਹ ਦੂਜਾ ਸੂਆ ਇਹਦਾ ਜੀ, ਸੂਆ ਦੂਜਾ ਰੰਗ ਰੂਪ ਦੀ ਇਹ ਵੀ ਚੰਗੀ ਆ, ਤੇ ਉੱਤੋਂ ਤਰਸ ਬਾਡੀ ਬੂਡੀ ਵੀ ਦਿਖਾਈ ਇਹਦੀ ਓਏ, ਬਾਡੀ ਬੂਡੀ ਵੀ ਐਨ ਜੈੱਡ ਬਲੈਕ ਆ, ਤੇ ਚਮੜਾ ਵੀ ਜਮਾ ਬਰੀਕ ਆ ਗਿਆ ਨਾ, ਦੁੱਧ ਵਾਲੀਆਂ ਲੱਕੜਾਂ ਨੇ ਇਹ। ਜਿਹੜੇ ਸੱਜਣ ਜਾਣਦੇ ਨੇ, ਜਾਣਕਾਰ ਸੱਜਣ ਜਾਣਕਾਰੀ ਰੱਖਦੇ ਨੇ, ਉਹ ਯਾਰ ਚੀਜ਼ ਨੂੰ ਦੇਖ ਕੇ ਪਰਖ ਲੈਣਗੇ ਵੀ ਇਹ ਚੀਜ਼ ਬਾਕੀ ਦੁੱਧ ਵਾਲੀ ਕੁਆਲਿਟੀਆਂ ਨੇ ਇਹਨਾਂ 'ਚ। ਕੱਦ ਦਰਮਿਆਨਾ, ਬਾਡੀ ਦੀ ਪੂਰੀ ਚੌੜੀ, ਤੇ ਥਣ ਥੁਣ ਲੱਗਿਆ ਨੂੰ ਲਾਜਵਾਬ। ਇਹਦੀ ਚਬਾਈ ਚਬੂਈ ਸੀਰੇ ਕਿਵੇਂ? ਚਬਾਈ ਚਬੂਈ ਓਕੇ ਜਮਾ, ਓਕੇ ਦੀ ਰਿਪੋਰਟ ਆ ਜਮਾ। ਹਾਂ, ਇੱਕ ਗੱਲ ਹੋਰ ਦੱਸਦਾ ਵੀ ਜਿਹੜੇ ਸੱਜਣ ਯਾਰ ਬਰੀਡਿੰਗ ਵਾਸਤੇ ਲੈਣੀ ਆ, ਉਹਦੇ ਵਾਸਤੇ ਕੰਮ ਦੀ ਝੋਟੀ ਆ ਇਹ, ਬਰੀਡਿੰਗ ਵਾਲੇ ਸੱਜਣ ਵਾਸਤੇ। ਦੁੱਧ ਕਿੰਨਾ ਕੁ ਤਿਆਰ ਆ ਹੁਣ ਇਹ ਥੱਲੇ? ਬੋਲਾ ਤੋਤਾ ਬਾਈ ਹੁਣ ਮੰਨ ਕੇ ਚੱਲ ਵੀ 9 ਕੁ ਕਿਲੋ ਮੰਨ ਕੇ ਚੱਲੋ, 9-10 ਕਿਲੋ ਬੋਲਾ ਸੂਈ ਨੂੰ। 9 ਕਿਲੋ ਦੂਜਾ ਦਿਨ, ਤੀਜਾ ਦਿਨ ਹੋ ਗਿਆ ਜੀ, ਤੀਜਾ ਦਿਨ ਸੂਈ ਨੂੰ ਅੱਜ ਮੰਨ ਕੇ ਚੱਲ ਵੀ ਹੁਣੀ ਖਾਲੀ ਕਰੀਆ ਕੱਟਾ ਦਾ ਜੀ। ਆ ਬੱਚਾ ਨਾਲ ਇਹਦੇ ਮੇਲ ਕਾਫਾ, ਤੇ ਹੁਣ ਮਾਰਦੇ ਤਰਸ ਆ ਝੋਟੀ ਤੇ ਕੈਮਰਾ। ਪੈਸੇ ਇਹਨਾਂ ਦੇ ਤਿੰਨਾਂ ਦੀ ਫੋਨ ਤੇ ਕਰਾਂ? ਹਾਂ ਹਾਂ ਬਾਈ ਤਿੰਨਾਂ ਦੀ ਕਰ ਲਾ। ਆ ਝੋਟੀ ਤੇ ਮਾਰ ਦਿਓ ਸੂਆ, ਇਹਦਾ ਪਹਿਲਾ ਦੰਦਾਂ 'ਚ ਕਿਵੇਂ ਆ ਇਹ? ਇਹ ਦੰਦਾਂ 'ਚ ਚਾਰ ਚੌਗੀ ਆ, ਦੰਦਾਂ 'ਚ ਆ ਗਈ ਸਿਰਫ ਚਾਰ ਦੰਦ, ਚੌਕ ਦੇ ਦੰਦ ਤੋੜੇ ਹੋਏ ਨੇ ਜੇ ਗੱਲਬਾਤ ਕਰ ਲਈਏ ਵੀ, ਹਜੇ ਚੱਕਦੀ ਆ ਥੋੜੇ ਥੋੜੇ। ਹਾਂਜੀ ਹਾਂਜੀ, ਆ ਕੁਆਲਿਟੀ ਇਹ 'ਚ ਵੀ ਚੰਗੀ ਆ। ਇਹ ਸੂਈ ਕਦੋਂ ਆ? ਇਹ ਵੀ ਪਰਸੋਂ ਹੀ ਸੂਈ ਆ, ਤੀਜਾ ਦਿਨ ਅੱਜ ਇਹਨੂੰ, ਇਹਨੂੰ ਵੀ ਤੀਜਾ ਦਿਨ ਅੱਜ। ਤੇ ਆਰਡਰ ਇਹ ਵੀ ਯਾਰ ਉਹੀ ਗੱਲ ਆ ਇਹਦਾ ਵੀ, ਭਲਵਾਨਾਂ ਵਾਲਾ ਸਿਸਟਮ ਆ, ਫਸ ਫਸ ਕੇ ਤੁਰਦੀ ਆ ਝੋਟੀ। ਇਹ ਪਹਿਲੇ ਦਿਨ ਹੀ ਖਾਲੀ ਕਰਤੀ ਸੀ ਆਪਾਂ, ਹੁਣ ਟਾਈਮੋ ਟਾਈਮ ਇੰਨੀ ਬਣ ਲੱਗ ਗਈ ਇਹ। ਅੱਛਾ, ਡੰਗ ਤੋਂ ਡੰਗ ਬਣ ਗਈ, ਜਿੱਦੇ ਸੂਪੀ ਸੀ ਉਹਦੇ ਰਾਤ ਨੂੰ ਸੋਈ ਆ, ਤੜਕੇ ਨੂੰ ਸਾਰੀ ਖਾਲੀ ਕਰਤੀ। ਇੱਕ ਗੱਲ ਹੋਰ ਦੱਸਦਾ ਨਾ, ਜੇ ਪਹਿਲਣ ਪਸ਼ੂ ਤੋਂ ਦੁੱਧ ਲੈਣਾ ਉਹਨੂੰ ਨਾਲ ਦੀ ਨਾਲ ਖਾਲੀ ਕਰਦੇ ਹਨਾ, ਹਾਂ ਉਹਨੂੰ ਨਾਲ ਦੀ ਨਾਲ ਖਾਲੀ ਕਰਦੇ ਹੋ, ਜਿੰਨੀਆਂ ਚਵਾਈਆਂ ਲੱਗਣਗੀਆਂ ਓਨੀ ਬਣੂਗਾ। ਇਹ ਪੰਚਾਇਤੀ ਬੋਲਦੀ ਆ ਬਾਈ, ਹਰਿਆਣੇ ਚੋਂ ਆਈ ਹੈਗੀ ਇਹ ਕੱਟੀਆਂ। ਇਹ ਹੈਗੀ ਆ ਹਰਿਆਣੇ ਦੇ ਸੀਰਾ, ਕਹਿੰਦਾ ਪੰਚਾਇਤੀ ਬੋਲਦੀ, ਕਿਉਂਕਿ ਪੰਚਾਇਤੀ ਬੁੱਲ ਜਿਹੜੀ ਪੰਚਾਇਤ ਹਰਿਆਣੇ ਵਾਲੀ ਰੱਖਦੀ ਆ, ਉਹ 3-4 ਪੀੜੀਆਂ ਦਾ ਰਿਕਾਰਡ ਮੈਂਸ਼ਨ ਕਰਕੇ ਟੌਪ ਚੀਜ਼ ਹੀ ਰੱਖਦੀ ਆ। ਥੋੜੀ ਆਪਣੇ ਵਾਲਾ ਸਿਸਟਮ ਨਹੀਂ ਹੈਗਾ ਜਿਵੇਂ ਆਪਣੇ ਵਾਲੇ, ਬੁੜੀਆਂ ਸਾਹਮਣੇ ਇਹਨੂੰ ਘਰੇ ਬੁੜੀਆਂ ਸਾਹਮਣ ਦਾ ਕਰਕੇ ਨਾ ਥੋੜੀ ਜਿਹੀ ਬੰਦੇ ਤੋਂ ਉਹ ਕਰਦੀ ਹੈਗੀ, ਤਿਲਕਦੀ ਆ ਜੀ ਉਹ, ਕਿਵੇਂ ਮਰਜ਼ੀ ਚੋਣ ਜਾਣ ਨੂੰ ਕੋਈ ਭੋਲਾ ਨਹੀਂ, ਕੋਈ ਨਾ ਪੈਰ ਚੱਕਣਾ ਨਾ ਉਹ ਕਰਨਾ। ਇਹਦੇ ਤਰਸ ਸਿੰਘਾਂ ਦਾ ਡਿਜ਼ਾਇਨ ਦਿਖਾ ਉਰਲੇ ਪਾਸੇ ਆ ਗਏ, ਉਹ ਦੋਨੇ ਸਿੰਘਾਂ ਦਾ ਡਿਜ਼ਾਇਨ ਬਿਲਕੁਲ ਇੱਕੋ ਜਿਹਾ। ਉਹ ਹਰੇਕ ਪਸ਼ੂ ਦੇ ਜੇ ਤੁਸੀਂ ਜਾਓਗੇ ਦੇਖਣਾ, ਦੋਹੇ ਸਿੰਘਾਂ ਦਾ ਇੱਕੋ ਜਿਹਾ ਡਿਜ਼ਾਈਨ ਨਹੀਂ ਮਿਲਦਾ, ਕੋਈ 19-21 ਹੈ ਨਾ ਖੁੱਲਾ ਪੀੜਾ ਹੁੰਦਾ, ਬਾਕੀ ਪਿਓਰ ਜੈਨੂਇਨ ਸਿੰਘਾ ਕੋਈ ਬਣਾਇਆ ਨਹੀਂ ਹੈਗਾ। ਠੀਕ ਕਰਕੇ ਥਣ ਥੁਣ ਦਿਖਾ ਦਿੱਤਾ, ਜਮਾ ਮੋਰਾ ਦਾ ਜਿਹੜਾ ਕੁਆਲਿਟੀ ਵਾਲਾ ਸਿੰਘ ਹੁੰਦਾ ਗਾ ਉਹ ਹੋਵਾਂਗਾ। ਆ ਥਣ ਲੇਵਾ ਚੰਗਾ, ਇਹ ਦੁੱਧ ਕਿੰਨਾ ਕੁ ਪਾ ਸਕਦੇ ਸੀਰੇ ਜਿਹੜੇ ਹਿਸਾਬ ਨਾਲ ਲੇਵਾ ਇਹਦਾ? ਬਾਈ 15 ਕਿਲੋ ਆਰਾਮ ਨਾਲ ਪਾਉ, ਵੱਧ ਵੀ ਦੇ ਸਕਦੀ ਆਪਾਂ। ਠੀਕ ਆ, 15 ਕਿਲੋ ਯਾਰ ਇਹਨੂੰ ਦੁੱਧ ਦੇਣਾ ਚਾਹੀਦਾ, 15 ਘੱਟ ਤੋਂ ਘੱਟ ਕਹਿਣਾ 15 ਕਿਲੋ। ਠੀਕ ਆ, ਦੁੱਧ ਵੱਧ ਵੀ ਪਾ ਸਕਦੀ ਆ, ਹੁਣ ਥੋੜਾ ਜਿਹਾ ਮੌਸਮ ਹਜੇ ਉਹ ਆ ਨਾ ਗਰਮੀ ਵਾਲਾ, 15 ਕਿਲੋ ਕਹਿੰਦੇ ਆਰਾਮ ਨਾਲ ਪਾ ਦੇਣਾਗਾ। ਆ ਝੋਟੀ ਕੇਰਾ ਹੋਰ ਤੋਰ ਦੋ ਯਾਰ ਖੋਲ ਕੇ, ਆ ਵੱਡੀ ਝੋਟੀ ਤੂੰ ਹੀ ਤੋਰ ਦੇ ਖੋਲ ਕੇ, ਕੇਰਾ ਇਹਨੂੰ ਹੋਰ ਤੋਰ ਦੇ ਖੋਲ ਕੇ। ਇਹਦੇ ਥੱਲੇ 18-18 ਤਿਆਰ ਆ ਜਮਾਨ, ਤਿਆਰ ਆਗਾ ਬਾਈ ਪੂਰਾ। ਇਹਦੇ ਥੱਲੇ ਸੱਜਣੋ 18-18 ਲੰਬੀ ਚਲਾ ਦੀਆਂ ਇਹਨੂੰ, ਕੰਡੇ ਵਾਲਾ ਦੁੱਧ ਰੈਡੀ ਦਾ। ਤੇ ਗੱਲਬਾਤ ਕਰ ਲਈ ਅਗਲੇ ਵੱਲੋਂ ਦਿਖਾ ਦੇ ਤਰਸ, ਤੇ ਪਛਾਣ ਤੋਂ ਵੀ ਲੇਵਾ ਦਿਖਾ ਦੇ ਯਾਰ, ਇਹਦਾ ਪਹਿਲਵਾਨ ਵਾਲਾ ਕੰਮ ਹੀ ਆ। ਝੋਟੀ ਐਨ ਤੁਰਦੀ ਆ ਫਸ ਫਸ, ਉੱਤੋਂ ਤਰਸ ਥੋੜੀ ਜਿਹੀ ਬਾਡੀ ਦਿਖਾ ਦੇ, ਥੋੜੇ ਜਿਹੇ ਪੈਰ ਹੌਲੀ ਕਰ ਲਾ, ਉੱਤੋਂ ਬਾਡੀ ਬੁੱਡੀ ਵੀ ਦਿਖਾ ਦੇ, ਚੜਾਈ ਚੜੂਈ ਵੀ ਦਿਖਾ ਦੇ ਇਹਦੀ, ਤੇ ਇੱਥੋਂ ਇਹਦੀ ਸੱਜਣਾ ਹੋਵੇ ਲੰਬਾਈ ਲੰਬੂਈ ਵੀ ਦਿਖਾ ਦੇ। ਆਰਡਰ ਤਾਂ 4x4 ਆ, 15-18 ਦਿਨ ਦੀ ਸੂਈ ਆ, ਆਹ ਨਾਲ ਇਹਦੇ ਕੱਟੀ ਆ ਜਿਹੜੇ ਸੱਜਣ ਨੇ ਤਿਆਰ ਕਰਨੀ ਆ। ਤੇ ਦੁੱਧ ਜਿਵੇਂ ਬਾਈ ਨੇ ਦੱਸਿਆ 18-18 ਕਿਲੋ ਇਹਦੇ ਥੱਲੇ ਹੈਗਾ ਤਿਆਰ। ਪੈਸੇ ਬਾਈ ਹੋਰੀ ਕਹਿੰਦੇ ਕੋਈ ਚੱਕਰ ਨਹੀਂ, ਫੋਨ ਤੇ ਕਰ ਲਾਂਗੇ, ਜਿੰਨੇ ਜਿੰਨੇ ਰੁਪਈਏ ਉੱਟਦੀਆਂ ਨੇ ਓਨੇ ਓਨੇ ਰੁਪਈਏ ਤੁਸੀਂ ਨੇ ਮੈਨੂੰ ਪਤਾ ਆਪੇ ਲਾ ਦੇਣੇ ਨੇ, ਜਾਣਕਾਰ ਸੱਜਣਾ ਨੇ। ਇੱਥੋਂ ਦਿਖਾ ਦੇ ਆਰਡਰ ਖੜੀ ਦਾ, ਅੱਗੇ ਪਿੱਛੇ ਦਾ ਆਰਡਰ ਹੈ। ਲੈ ਅੱਜ ਦੀ ਵੀਡੀਓ ਸੱਜਣੋ ਆਪਾਂ ਨੇ ਬਣਾਈ ਆ, ਪਿੰਡ ਫਤਿਹਗੜ੍ਹ ਛੰਨਾ, ਤਹਿਸੀਲ ਤਪਾ, ਜ਼ਿਲ੍ਹਾ ਬਰਨਾਲਾ। ਜਿਹੜੇ ਵੀ ਸੱਜਣ ਨੂੰ ਇਹਨਾਂ 'ਚੋਂ ਕੋਈ ਵੀ ਨਗੀਨਾ ਪਸੰਦ ਆਊਗਾ, ਹੋਰ ਵੀ ਦਿਖਾਉਣਾ ਇੱਕ ਵੇ।
ਨਾ ਉਹ ਝੋਟਾਂ ਲੈ ਕੇ ਤੁਸੀਂ ਵੀਡੀਓ ਪਾਈ ਸੀ ਉਹ ਲਿਆਂਦਾ ਸੀ। ਇੱਕ ਬੁੱਲ ਵੀ ਰਹਿ ਗਿਆ ਬਾਈ ਕੋਲ, ਉਹ ਵੀ ਦਿਖਾ ਦੇ ਆ ਜਾ ਲੈ ਆ। ਇੱਥੋਂ ਦਿਖਾ ਓਏ, ਖੜਾ ਵੀ ਬੜਾ ਸੈੱਟ ਆ ਹਨਾ। ਇਹ ਸੱਜਣੋ ਆਇਆ ਹਰਿਆਣੇ ਦੇ ਬਰਤਾ ਪਿੰਡ ਤੋਂ ਆਇਆ ਹਨਾ, ਇਹਦੀ ਵੀਡੀਓ ਪਾਈ ਦੀ ਆਪਾਂ ਨੇ ਆਪਣੇ ਚੈਨਲ ਤੇ, ਉੱਥੋਂ ਖਰੀਦਿਆ ਬਾਈ ਹੋਰਾਂ ਨੇ। ਤੇ ਬਾਕੀ ਲਾਜਵਾਬ ਆ, ਉੱਥੇ ਰਹਿਣੋ ਬਾਡੀ ਬੂਡੀ ਤਾਂ ਬਹੁਤ ਬਣ ਗਈ ਇਹਦੀ ਹੁਣ। ਦੰਦਾਂ 'ਚ ਕਿਵੇਂ ਸੀ ਰੇ ਇਹ? ਦੰਦਾਂ 'ਚ ਦੁੱਗ ਹੀ ਆ ਦੰਦ ਹਜੇ, ਤੋਰੀ ਖੋਲ ਕੇ ਮਾੜਾ ਜਾ। ਇਹਦੇ ਸੀਮ ਅੰਨੇ ਜਾਂ ਕਰੋਸਿੰਗ ਆਪਣੇ ਕੋਲ, ਕਰੋਸਿੰਗ ਹੀ ਆ ਜੀ। ਇਹਦੀ ਵਾਈਫ ਹੋਰੀ ਕਹਿੰਦਾ ਕਰੋਸਿੰਗ ਕਰਾ ਦਾਂਗੇ ਇਸ ਇਲਾਕੇ ਵਾਲੇ ਤੇ ਹੋਰ ਵੀ ਦੂਰ ਦੁਰਾਡੇ ਇਲਾਕੇ ਵਾਲੇ। ਸਿੰਘੇ ਦੇ ਦੋਹੇ ਹਲਦੇ ਨੇ, ਮੈਂ ਪਿਛਲੀ ਵੀਡੀਓ 'ਚ ਵੀ ਦਿਖਾਏ ਤੇ, ਆ ਦੂਸਰਾ ਵੀ ਦਿਖਾ ਦੇ। ਬਾਕੀ ਮਾਂ ਆਧਾਰ ਕਾਰਡ ਤੈਨੂੰ ਪਤਾ ਹੀ ਆ ਹਨਾ, ਚੰਗਾ ਉਸਤਾਦ ਹਰਿਆਣੇ 'ਚ ਆਇਆ ਬਾਈ ਕੋਲੇ। ਹਰਿਆਣੇ ਵਾਲੇ ਆਪਣੀ ਵੀਡੀਓ ਵੀ ਦੇਖ ਲਓ, ਪੁਰਾਣੀ ਵੀਡੀਓ ਉਹਦੇ 'ਚ ਵੀ ਹੈਗਾ ਸਾਨ ਇਹ ਆਪਣੇ ਹਰਿਆਣੇ 'ਚੋਂ ਪਾਈ ਤੀ। ਦੰਦਾਂ 'ਚ ਹੈਗਾ ਹਲੇ ਦੋ ਦੰਦ, ਦੁੱਗ ਦੇ ਮੇਰਾ ਖਿਆਲ ਆ ਤੋੜ ਗਿਆ ਨਾ, ਦੁੱਗ ਦੇ ਪੂਰੇ ਹੁਣ ਚੱਕ ਗਿਆ ਦੰਦ, ਉਹ ਦੰਦ ਤੋੜੇ ਹੋਏ ਸੀ ਹੁਣ ਦੰਦ ਹੁਣ ਪੂਰੇ ਕਰੇ ਨੇ ਦੁੱਗ ਦੇ ਨੇ। ਫਿਲਹਾਲ ਇਹ ਦੋ ਦੰਦਾਂ ਤੇ ਹੈਗਾ ਵੀ, ਮੀਣਾ ਤੇ ਹੈਗਾ ਵੀ ਚੰਗੇ ਰਿਕਾਰਡ ਵਾਲਾ, ਸਿੰਘ ਦੋਏ ਹਿਲਦੇ ਨੇ। ਡਾਇਰੈਕਟ ਕਰੋਸਿੰਗ ਵਾਸਤੇ ਵੀ ਨੰਬਰ ਬਾਈ ਹੋਰਾਂ ਦਾ ਵੀਡੀਓ 'ਚ ਹੀ ਲਾਊਂਗਾ ਮੈਂ, ਇਸ ਇਲਾਕੇ ਵਾਲੇ ਸੱਜਣ ਡਾਇਰੈਕਟ ਕਰੋਸਿੰਗ ਵਾਸਤੇ ਵੀ ਬਾਈ ਨਾਲ ਸੰਪਰਕ ਕਰ ਸਕਦੇ ਨੇ। ਕਿੰਨੇ ਪੈਸੇ ਨੇ ਫੀਸ ਇਹਦੀ ਬਾਈ? ਕਰ ਲਾਂਗੇ ਕੋਈ ਗੱਲ ਨਹੀਂ, 1000 ਰੁਪਇਆ ਚੱਲਦਾਗਾ। 1000 ਇਹਦੀ ਫੀਸ ਆ ਸੱਜਣੋ, ਸਿਰਫ 1000 ਰੁਪਇਆ। ਨਸਲ ਚੰਗੀ ਬਣਾ ਦੂਗਾ ਇਸ ਇਲਾਕੇ ਦੇ ਵਿੱਚ, ਕਿਉਂਕਿ ਮੀਣੇ ਨੇ, ਮੀਣੇ ਮੇਰਾ ਖਿਆਲ ਆ ਬਹੁਤ ਘੱਟ ਗਿਣਤੀ 'ਚ ਮਿਲਦੇ ਨੇ ਸਾਨ। ਬਾਕੀ ਬਾਈ ਰਿਕਾਰਡ ਇਹਦੀ ਮਾਂ ਦਾ ਹਨਾ, 20 ਕਿਲੋ ਦੁੱਧ ਵਾਲੀ ਮੱਝ ਦਾ ਗਾ ਹਨਾ। ਬਾਕੀ ਤੁਹਾਡੇ ਚੈਨਲ ਤੇ ਵੀਡੀਓ ਪਈ, ਆਪਾਂ ਤਾਂ ਹੀ ਦਿੱਤਾ ਸੀ ਵੀਡੀਓ ਪਈ ਵੀ ਆ, ਉਦੋਂ ਫਿੱਕਾ ਸੀ ਥੋੜਾ ਜਿਹਾ ਉੱਤੋਂ ਹਨਾ, ਫਿੱਕਾ ਸੀਗਾ। ਬਾਕੀ ਆਏ ਹੁਣ ਟੀਕਿਆਂ ਦੀਆਂ ਮੱਝਾਂ ਵਿੱਚ ਘੱਟ ਰਹਿੰਦੀਆਂ ਨੇ ਵੀ, ਚੱਲ ਚੰਗਾ ਹੋ ਜਾਓ। ਆਪ ਵੀ ਇਹਨੂੰ ਬਾਈ ਨੂੰ ਸ਼ੌਂਕ ਆ, ਘਰੇ ਆ ਪਸ਼ੂ ਦੇਖ ਲਾ ਕਿੰਨੇ ਰੱਖੇ ਹੋਣੇ ਸਾਰੇ, ਠੀਕ ਆ ਨਾ, ਸਾਰੇ ਦੁੱਧ ਵਾਲੇ ਰੱਖੇ ਹੋਏ ਨੇਗੇ। ਇੱਕ ਵਾਰੀ ਬਾਈ ਦੇ ਫਾਰਮ ਤੇ ਘੁਮਾ ਦੇ ਤਰਸ ਕੈਮਰਾ ਤੇ, ਸਿਸਟਮ ਤਾਂ ਵੀ ਮਾਰਦੇ, ਇੱਧਰ ਵੀ ਸਿਸਟਮ ਚੰਗਾ ਲਾਇਆ ਹੋਇਆ ਜਾਲ ਜੂਲ ਵਾਲਾ, ਇੱਧਰਲੇ ਬੰਨੇ ਪਸ਼ੂਆਂ ਤੇ ਮਾਰਦੇ ਸਾਰਿਆਂ ਦੇ। ਹਰ ਟਾਈਮ 5-4, 2-4-5 ਜਿਵੇਂ ਸੂਆ ਹੁੰਦਾ 8-10 ਪਸ਼ੂ ਤੱਕ ਹਰ ਟਾਈਮ ਇੱਥੇ ਪਸ਼ੂ ਸੂਆ ਹੋਇਆ ਮਿਲੂਗਾ। 5-7 ਪਸ਼ੂ ਇਸ ਫਾਰਮ ਤੇ ਹਰ ਵਕਤ ਅਵੇਲੇਬਲ ਹੁੰਦੇ ਨੇ ਕਿਸੇ ਵੀ ਸੱਜਣ ਨੇ। ਗਾਵਾਂ ਦਾ ਕੰਮ ਤਾਂ ਨਹੀਂ ਕਰਦਾ ਬਾਈ? ਨਹੀਂ, ਗਾਵਾਂ ਦਾ ਘੱਟ ਕਰਦਾਗਾ, ਗਾਵਾਂ ਦਾ ਜੇ ਕੋਈ ਵਧੀਆ ਚੰਗੀ ਗਾਂ ਆਂਗੀ ਤਾਂ ਉਹ ਲੈਣਾ ਦਾ। ਬਾਹਰੋਂ ਵੀ ਜੇ ਕਿਸੇ ਨੇ ਕੋਈ ਆਉਣਾ ਹੁੰਦਾ 5-4 ਲੈਣੇ, ਕੋਈ ਸਭ ਰਹਿਣ ਰੂਣ ਦਾ ਪ੍ਰਬੰਧ ਸਾਰਾ ਕੁਝ ਇੱਥੇ, ਕਿਵੇਂ ਮਰਜ਼ੀ ਆਪਦੀ ਤਸੱਲੀ। ਇੱਥੇ ਰਹਿਣ ਰੂਣ ਦਾ ਪ੍ਰਬੰਧ ਵੀ ਆ, ਬਾਹਰ ਦੇ ਗਾਹਕਾਂ ਨੂੰ ਮਾਲ ਦਵਾਇਆ ਵੀ ਜਾਂਦਾ ਤੇ ਫਾਰਮ ਤੋਂ ਦਿੱਤਾ ਵੀ ਜਾਂਦਾ ਜਿਹੜਾ ਮਾਲ ਉਹਨੇ ਪਸੰਦ ਆਉਂਦਾ। ਸਿਸਟਮ ਸਾਰਾ ਟਰਾਂਸਪੋਰਟ ਦਾ ਵੀ ਹੋ ਜਾਊਗਾ, ਉਹ ਆਇਆ ਹੋਇਆ ਪਟਿਆਲੇ ਤੋਂ ਲੈ ਕੇ ਜਾਂਦਾ ਮੱਝਾਂ ਆਉਂਦਾ, ਗਾਹਕ ਬਾਈ ਕੋਲੇ ਪਹੁੰਚਦੇ ਰਹਿੰਦੇ ਨੇ। ਬਾਕੀ ਨੰਬਰ ਸੱਜਣੋ ਬਾਈ ਦਾ ਵੀਡੀਓ 'ਚ ਹੀ ਲਾ ਦੂੰਗਾ, ਇਹਨਾਂ 'ਚੋਂ ਜਿਹੜਾ ਵੀ ਪਸੰਦ ਆਊਗਾ ਨਗੀਨਾ, ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਾਓ। ਧੰਨਵਾਦ ਜੀ।